एवन पंजाबी की नई अपडेट जानने के लिए बेल आइकन पर क्लिक करें और एवन पंजाबी को सब्सक्राइब करें। ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਾਮ ਤੀਰਥ ਮੰਦਿਰ ਦੀਆਂ ਨੇ ਜਿੱਥੇ ਬੇਅਦਬੀ ਕਰਨ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਖੁਦ ਹੀ ਬੇਅਦਬੀ ਦੀ ਹੱਦ ਪਾਰ ਕਰ ਦਿੱਤੀ। ਧੂਣਾ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਕਰਨ ਦਾ ਕਾਰਨ ਮੰਦਿਰ ਦੇ ਸਰੋਵਰ ਦੀ ਹੋ ਰਹੀ ਬੇਅਦਬੀ ਦਾ ਹੈ ਜਿੱਥੇ ਦੇ ਸਰੋਵਰ ਵਿੱਚੋਂ 4 ਲਵਾਰਸ ਲਾਸ਼ਾਂ ਬਰਾਮਦ ਹੋਈਆਂ ਨੇ। ਪਰ ਧਰਨਾਕਾਰੀਆਂ ਨੇ ਸਰੋਵਰ ਦੇ ਪਰਿਕਰਮਾ ਕਰਨ ਦੇ ਰਾਹ ਵਿੱਚ ਲੱਗੀਆਂ ਦੁਕਾਨਾਂ ਨੂੰ ਤੋੜ ਕੇ ਖੁਦ ਹੀ ਬੇਅਦਬੀ ਕਰ ਦਿੱਤੀ ਤੇ ਧਾਰਮਿਕ ਤਸਵੀਰਾਂ ਦਾ ਮਾੜਾ ਹਾਲ ਕਰ ਦਿੱਤਾ। ਉਧਰ ਜਦ ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ। ਹੁਣ ਪੁਲਿਸ ਇਸ ਕੰਮ ਵਿੱਚ ਕੀ ਕਾਰਵਾਈ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜਿਹੜੀ ਅੱਜ ਮਰਿਆਦਾ ਘੋਰ ਭੰਗ ਹੋ ਰਹੀ ਹੈ, ਪਵਿੱਤਰ ਸਰੋਵਰ ਤੋਂ 4 ਲਾਸ਼ਾਂ ਮਿਲੀਆਂ ਲਵਾਰਸ, ਜਿਹਦੇ ਸਰੋਵਰ ਦੇ ਵਾਸਤੇ 40 ਸਿਕਿਉਰਿਟੀ ਗਾਰਡ, 24 ਸਫਾਈ ਵਾਲੇ ਬੰਦੇ ਰਹੇ, 64 ਬੰਦਿਆਂ ਦੀ ਮੌਜੂਦਗੀ ਚ 4 ਲਾਸ਼ਾਂ ਜਿਹੜੀਆਂ ਲੱਭੀਆਂ ਉਹ ਬਿਲਕੁਲ ਲਵਾਰਸ ਹਨ। ਇਹ ਨੇ ਪਤਾ ਲਾਸ਼ਾਂ ਕਿਹਨ ਦੀ ਆਈਆਂ, ਨਹਾਉਣ ਵਾਸਤੇ ਜੰਗਲਾਂ ਅੱਗੇ ਲੱਗਾ ਪਿਆ, ਕੋਈ ਟੱਪ ਨਹੀਂ ਸਕਦਾ। ਇੱਥੇ ਤੇ ਅੱਜ ਆਈਡੀਆ ਲਾਇਆ ਗਿਆ ਕਿ ਜਿਹੜਾ ਕਿ ਇੱਥੇ ਦਾ ਧਰਮਸ਼ਾਲਾ ਵਾ, ਜਿਹਦਾ ਕੰਟਰੋਲ GM ਪਰਵਿੰਦਰ ਕੁਮਾਰ ਦੇ ਕੋਲ ਆ, ਉਹਦੇ ਇੱਕ ਥੱਲੇ ਸਟੋਰ ਬਣਿਆ ਪਿਆ, ਉੱਥੇ ਲੜਕੀਆਂ ਰੇਪ ਕਰਕੇ ਉਹ ਲਾਸ਼ ਜਿਹੜੀ ਸਰੋਵਰ ਸਿੱਟੀ ਜਾਂਦੀ ਆ। ਇਹਦੇ ਚ ਇੰਟਰਫੇਅਰ ਕਰਨ ਪ੍ਰਕਰਮਾਂ ਵਿੱਚ ਕੋਈ ਰੇੜੀ ਫੜੀ ਨਹੀਂ ਲੱਗਣੀ ਚਾਹੀਦੀ, ਜੇਕਰ ਲੱਗੇਗੀ ਅਸੀਂ ਉਹਦੀ ਮੁਖਾਲਫਤ ਕਰਾਂਗੇ। ਤੇ ਉਹ ਕੁੜੀ ਨੂੰ ਚਪੇੜਾਂ ਹੀ ਮਾਰੀਆਂ ਗਈਆਂ ਜੀ? ਕਿਹਨਾਂ ਚਪੇੜਾਂ? ਕਿਸੇ ਚਪੇੜਾਂ ਨੂੰ ਮਾਰੀ ਗਈ? ਸਰੂਪਾਂ ਦੀ ਬੇਅਦਬੀ ਵੀ ਹੋਈ ਕਹਿੰਦੇ ਜੀ। ਕਿਹੜੇ ਸਰੂਪਾਂ ਦੀ? ਕੋਈ ਸਰੂਪਾਂ ਦੀ ਮਤਲਬ ਕੋਈ ਬੇਅਦਬੀ ਨਹੀਂ ਹੋਈ ਕਿਸੇ ਦੀ, ਹੱਥ ਜੋੜ ਕੇ ਉਹਨੂੰ ਕਹਿਣ ਡੇ ਕਿ ਪ੍ਰਕਰਮਾਂ ਵਿੱਚ ਨਾ। ਕੰਪਲੇਂਟ ਮਿਲੀ ਆ ਵੀ ਏਦਾਂ ਆਪਣੇ ਗੱਬਰ ਜੀ ਨੇ ਆ ਗਿਆ, ਗੱਲ ਕੀਤੀ ਆ, ਵੇਖ ਰਹੇ ਆ ਜੇ 2 ਮਿੰਟ ਆ, ਉਧਰ ਬਾਹਰ ਬਹਿ ਗਿਆ, ਉੱਥੇ ਗੇਟ ਅੱਗੇ ਬਹਿ ਗਏ ਆ, ਉੱਥੇ ਜਾ ਕੇ ਵੇਖਦਾ ਮੈਂ, ਕਰਕੇ ਸਾਰਾ ਕਲੀਅਰ ਮੈਂ ਹੁਣੇ ਦੱਸਦਾ ਬਾਕੀ।